ਸ਼ੋਪਸ ਸਵੇਰ ਬੱਚੋ ਅੱਜ ਦੀ ਕਲਾਸ ਇਸ ਤੁਹਾਡਾ ਸਵਾਗਤ ਅੱਜ ਮੈਂ ਸੁਣਾਵਾਂਗੀ ਤੁਹਾਨੂੰ ਇੱਕ ਕਹਾਣੀ ਜਿਸ ਦਾ ਨਾਂ ਹੈ ਸ਼ੇਰ ਅਤੇ ਚੂਹੀ ਬੱਚਿਓ ਇੱਕ ਵਾਰ ਕਿਸੇ ਜੰਗਲ ਵਿੱਚ ਇੱਕ ਸ਼ੇਰ ਰੁੱਖ ਦੇ ਥੱਲੇ ਗੂੜੀ ਨੀਂਦ ਵਿੱਚ ਸੁੱਤਾ ਪਿਆ ਸੀ ਉਸ ਰੁੱਖ ਦੇ ਕੋਲ ਇੱਕ ਖੋਦ ਸੀ ਜਿਸ ਵਿੱਚ ਇੱਕ ਚੂਹੀ ਰਹਿੰਦੀ ਸੀ ਉਹ ਚੂਹੀ ਅਚਾਨਕ ਆਪਣੀ ਖੋਦ ਚੋਂ ਬਾਹਰ ਆਈ ਤੇ ਸ਼ੇਰ ਦੇ ਉੱਤੇ ਚੜ ਕੇ ਨੱਚਣ ਲੱਗ ਪਈ। ਚੂਹੀ ਦੀ ਦੌੜ ਭੱਜ ਨੂੰ ਮਹਿਸੂਸ ਕਰਕੇ ਸ਼ੇਰ ਦੀ ਅੱਖ ਖੁੱਲ ਗਈ। ਉਸ ਨੂੰ ਚੂਹੀ ਤੇ ਬੜਾ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿੱਚ ਫੜ ਲਿਆ ਤੇ ਲੱਗਾ ਦਹਾੜਨ। ਪਰ ਚੂਹੀ ਨੇ ਸ਼ੇਰ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਹੁਣ ਉਸ ਨੂੰ ਛੱਡ ਦੇਵੇ ਤੇ ਉਹ ਵੀ ਕਿਸੇ ਵੇਲੇ ਉਸਤੇ ਕੰਮ ਆਵੇਗੀ। ਸ਼ੇਰ ਨੂੰ ਚੂਹੀ ਦੀ ਗੱਲ ਸੁਣ ਕੇ ਹਾਸਾ ਆ ਗਿਆ। ਅਤੇ ਉਸਨੇ ਚੂਹੀ ਨੂੰ ਛੱਡ ਦਿੱਤਾ ਕੁਝ ਦਿਨਾਂ ਬਾਅਦ ਸ਼ੇਰ ਕਿਸੇ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਅਤੇ ਬਾਹਰ ਨਿਕਲਣ ਲਈ ਦਹਾੜਨ ਲੱਗ ਪਿਆ ਅਚਾਨਕ ਉਸ ਚੂਹੀ ਨੇ ਸ਼ੇਰ ਦੀ ਦਹਾੜ ਸੁਣੀ ਅਤੇ ਉਸ ਕੋਲ ਦੌੜੀ ਆਈ ਉਸਨੇ ਆਪਣੇ ਤੇਜ਼ ਦੰਦਾ ਨਾਲ ਸਾਰਾ ਜਾਲ ਕੱਟ ਦਿੱਤਾ ਤੇ ਸ਼ੇਰ ਨੂੰ ਆਜ਼ਾਦ ਕਰਵਾ ਦਿੱਤਾ ਸੋ ਬੱਚਿਓ ਇਸ ਤਰ੍ਹਾਂ ਇੱਕ ਛੋਟੀ ਜਿਹੀ ਚੂਈ ਨੇ ਇੱਕ ਵੱਡੇ ਸਾਰੇ ਸ਼ੇਰ ਨੂੰ ਜਾਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਠੀਕ ਆ ਸੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਰ ਪਲਾ ਹੋ ਪਲਾ ਜੇ ਅਸੀਂ ਕਿਸੇ ਦਾ ਭਲਾ ਕਰਦੇ ਆਂ ਤੇ ਸਾਡਾ ਵੀ ਭਲਾ ਜ਼ਰੂਰ ਹੁੰਦਾ ਹੈ ਠੀਕ ਆ ਸੋ ਬੱਚੋ ਇਸ ਕਹਾਣੀ ਦੀ ਸਿੱਖਿਆ ਹੈਗੀ ਆ ਕਰ ਪਲਾ ਹੋ ਪਲਾ ਇਹ ਤੁਸੀਂ ਮੈਨੂੰ ਰਿਕਾਰਡਿੰਗ ਦੇ ਵਿੱਚ WhatsApp ਤੇ ਭੇਜਣੀ ਆ ਠੀਕ ਆ ਧੰਨਵਾਦ